ਵੀ ਗੋਡਾ ਬਰਾ ਕਰ ਲਾ ਕੀ ਆ ਮੇਰੇ ਸਾਲਾ ਬੌਲਾ ਕਿਸੇ ਥਾਂ ਦਾ ਓ ਰੋਕ ਦੇ ਕੰਨਾਣਾ ਰੋਕ ਦੇ ਬੌਲਾ ਰੋਕ ਦੇ ਰੋਕ ਦੇ आहो गहाना गल करी मेनू भी 2000 दे मैं भी कनवेटा पर आउना इना दा मैं भी दे दे मैं 76 मरूं चौथा अपने कनवेटे पर आ चलिए सर भी मेरा ले आ बैग बुक चक के हां जी आ जा ना 50 मिनट थे हां जी ले मोट मोटरसाइकिल ओए ओ तू ते हां मोर मोटरसाइकिल चलो चलिए आ जाओ ओए लख देता हां जी हुन शगन दे दियो ਸ਼ਗਨ ਤਾਂ ਮੈਂ ਦੇ ਦੂੰਗੀ ਚੱਲ ਮੰਮੀ ਜੀ ਪੰਜੀਰੀ ਖਾ ਲਿਓ ਚੰਗਾ ਤੁਸੀਂ ਹਾਂ ਪੁੱਤੋ ਐਵੇਂ ਕਿਉਂ ਹੋਈ ਜੇ ਨੇਮੀ ਕਾਹਨੂੰ ਖੇਚਲਾ ਕਰਨੀ ਸੀ ਪੁੱਤ ਮੋਟਰਸਾਈਕਲ ਮੋੜ ਲੈ ਪੁੱਤ ਇਹ ਤਾਂ ਰਹਿਣ ਤੋਂ ਤੁਸੀਂ ਕੋਈ ਗੱਲ ਨਾ ਪੁੱਤ ਆ ਤਾਂ ਰਹਿਣ ਤੋਂ ਰਹਿਣ ਸ਼ਗਨ ਹੈਗਾ ਦੇਣਾ ਪੈਂਦਾ ਗਾ ਤੁਹਾਨੂੰ ਪਤਾ ਵਿਹਾਰ ਆ ਇਹ ਲੈ ਵੇ ਪੁੱਤ ਹਾਂ ਮੰਮੀ ਜੀ ਲੈ ਤੈਨੂੰ ਵੀ ਦੇਵਾਂ 100 ਰੁਪਿਆ ਕਿਵੇਂ ਜੀ ਲੈ 100 ਰੁਪਿਆ ਤੇ ਮਾ ਨਾ ਮੈਨੂੰ ਨਾ ਦਿਓ ਜੀ ਮੈਨੂੰ ਜਿਹੜੇ ਧੀ ਦਿੱਤੀ ਸਾਰਾ ਕੁਝ ਹੀ ਦਿੱਤਾ ਜੀ ਸਾਨੂੰ ਕੀ ਲੋੜ ਪੁੱਤ ਧੀ ਤਾਂ ਇਹਨਾਂ ਨੂੰ ਦਿੱਤੀ ਆ ਤੈਨੂੰ ਨਹੀਂ ਦਿੱਤੇ ਧੀ ਨਾ ਜੀ ਮੈਨੂੰ ਮੈਂ ਨਹੀਂ ਲੈਂਦਾ ਜੀ ਨਾ ਪੁੱਤ ਲੈ ਨਾ ਜੀ ਨਾ ਲੈ 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 ਮੈਂ ਨਹੀਂ ਲੈਂਦਾ ਜੀ ਪੁੱਤ ਪੈਸੇ ਫੜ ਲੈ ਮੇਰਾ ਉਹ ਨਾ ਫੜ ਕੁੜੀ ਨੂੰ ਦੇ ਦਿਓ ਜੀ ਤੁਸੀਂ ਮੇਰੇ ਪੰਡਤ ਲੈ ਭਾਬੀ ਕੋਈ ਨਹੀਂ ਰੱਖ ਲੈ ਰੱਖ ਲੈ ਚੰਗਾ ਮੰਮੀ ਜੀ ਜਿਉਂਦਾ ਰਹਿ ਪੁੱਤ ਚੰਗਾ ਚੱਲੀਏ ਜੀ ਚਲੋ ਚੰਗਾ ਮੰਮੀ ਜੀ ਚੱਲ ਚੰਗਾ ਪੁੱਤ ਹੁਣ ਸੀ ਜੀ ਤਾਂ ਠੀਕ ਹੈ ਹੁਣ ਧਿਆਨ ਰੱਖੀ ਮੰਮੀ ਹੈ ਵੀ ਹਾਂ ਤੇ ਹਾਂ ਜਿਵੇਂ ਹੁਣ ਤੁਸੀਂ ਕਿਹਾ ਵੀ ਧੀ ਇਹਨਾਂ ਨੂੰ ਦਿੱਤੀ ਹੁਣ ਪਰਿਵਾਰ ਦਾ ਇੱਕੋ ਹੀ ਹੈ ਜੀ ਸਾਰਿਆਂ ਦੀ ਸਾਂਝੀ ਹੋ ਗਿਆ ਜੀ ਪਰਿਵਾਰ ਤਾਂ ਨਾ ਪੁੱਤ ਸਾਂਝਾ ਨਹੀਂ ਹੁੰਦਾ ਸਾਂਝਾ ਤਾਂ ਮੂੰ ਐ ਹੁੰਦਾ ਪਰਿਵਾਰ ਜੁਆਇੰਟ ਘਰ ਵਾਲੀ ਨਹੀਂ ਸਾਂਝੀ ਹੁੰਦੀ ਪੁੱਤ ਇਹਦੀ ਮੰਮੀ ਦਵਾਈ ਚੱਲਦੀ ਹੈ ਤੁਸੀਂ ਇਹਨੂੰ ਦਵਾਈ ਚੰਗੀ ਤਰ੍ਹਾਂ ਦਵਾਇਓ ਕੋਈ ਨਾ ਕੋਈ ਨਾ ਚੱਲ ਚੰਗਾ ਤੂੰ ਦੇ ਓਏ ਚੰਗਾ ਪੁੱਤ ਚੰਗੀ ਤਰ੍ਹਾਂ ਦਵਾਈ ਦਵਾਇਓ ਚੰਗਾ ਜੀ ਹਾਂ ਜੀਰੀ ਖਾ ਲਓ ਜਗਾ ਮੰਮੀ ਜੀ ਚੰਗਾ ਪੁੱਤ ਹਾਂ ਕਿਤੇ ਲਿਸੇ ਹੋਈ ਜਾ ਵਿੱਚ ਨਾ ਤੂੰ ਰਲਾ ਕੇ ਲੈ ਆ ਮੈਂ ਪੰਜੀਰੀ ਨਾ ਖਾਵਾਂ ਹੋਰ ਦੇਸੀ ਹੈ ਹਾਂ ਵਧੀਆ ਪੰਜੀਰੀ ਆ ਘਰੇ ਕੱਟਿਆ ਹੋਇਆ ਘਿਓ ਦੀ ਤੁਸੀਂ ਆਇਓ ਹੁਣ ਜਾਉਂਦਾ ਆ ਮੈਂ ਆਉਂਗੀ ਪੁੱਤ ਸਿੱਧਾ ਵੇਖ ਹਾਂ ਨਾਲੇ ਫਿਰ ਕਰਾਂਗੇ ਗੱਲ ਆਪਾਂ ਦੇਖ ਕੇ ਭਈ ਭਾਬੀ ਚੰਗਾ ਚੱਲ ਓਏ ਚੱਲ ਹੁਣ ਕੱਟਾ ਹੋ ਗਿਆ ਤਾ तेल मुक गया ना तेल नहीं मुकया और भूडी पैगी अख ना भूडी भी नहीं पी एक मिनट उतरो तुसीं ਕੀ ਹੋ ਗਿਆ ਕੀ ਕਹਿੰਦੇ ਦੀ ਹੱਥ ਪਵਾਉਣਾਗਾ ਉਹ ਮਹਾਂਗ ਉਹਦਾ ਕਿਤੇ ਡਿੱਗ ਨਾ ਜਾਵੇ ਤੇਰੀ ਭੈਣ ਪਿੱਛੇ ਮਹਾਂਗ ਦੇ ਹੱਥ ਪਾ ਲੈ ਮੈਨੂੰ ਐ ਕਰ ਫਿਰ ਭਾਬੀ ਤੂੰ ਤੂੰ ਡਿੱਗ ਜੇਗੀ ਮੈਨੂੰ ਪਤਾ ਤੂੰ ਉਰੇ ਬਈ ਜੀ ਹਨਾ ਜੀਜਾ ਉਰੇ ਬੈ ਜੂਗਾ ਤੂੰ ਮੇਰੇ ਲੱਕ ਨੂੰ ਹੱਥ ਪਾ ਕੇ ਬੈਠੋ ਇਹਦੇ ਨਾਲ ਪਤਾ ਨਹੀਂ ਹੋਈ ਤੈਨੂੰ ਲੱਕ ਇਹਦੇ ਨਾਲ ਮੋਟਰਸਾਈਕਲ ਵੀ ਐਵਰੇਜ ਵੱਧ ਦਿੰਦਾ ਐ ਡਿੱਕ ਡੋਲੇ ਖਾਂਦਾ ਸਾਨੂੰ ਕੋਈ ਐਵਰੇਜ ਉਬਰੀਜ ਲੋਡ ਨਹੀਂ ਤੂੰ ਸਿੱਧਾ ਕਰਕੇ ਮੋਟਰਸਾਈਕਲ ਚਲਾ ਲੈ ਆਹ ਕੰਜਰਖਾਨੇ ਕਰਨ ਵਾਸਤੇ ਆਇਆ ਤੂੰ ਮੇਰੇ ਨਾਲ ਓਏ ਫੇਰ ਕੀ ਹੋਇਆ ਜੇ ਬੈ ਜੋਗੀ ਉਰੇ ਆਪਦੇ ਬਾਰੇ ਤੂੰ ਕਿਵੇਂ ਹੱਥ ਪਵਾਉਂਦਾ ਦੀ ਬਈ ਇਹ ਮੇਰੀ ਬਹੂ ਆ ਮੈਂ ਜਿਵੇਂ ਮਰਜ਼ੀ ਪਵਾਵਾਂ ਕਿਉਂ ਨਹੀਂ ਜਦੋਂ ਮੇਰਾ ਮੈਂ ਵੀ ਕਨਵੇਟਾ ਪਰਾਉਣਾ ਇਹਨਾਂ ਦਾ ਆ ਜਾ ਭਾਬੀ ਉਰੇ ਵੇ ਜਾ ਭਾਬੀ ਉਰੇ ਐਂ ਕਰਕੇ ਨੰਗੇ ਜਾਂਦੇ ਨੇ ਉਹ ਨੰਗੇ ਪਿੰਡ ਉਰੇ ਐਂ ਕਰਕੇ ਮੇਰੇ ਸੋਹਰੇ ਦਾ ਪਿੰਡ ਕਿਉਂ ਬੇਇੱਜ਼ਤੀ ਕਰਦਾ ਸਾਡੀ ਤੂੰ ਓ ਮੈਂ ਯਾਰ 20 ਵਾਰੀ ਦੇਖੀ ਉਹਨਾਂ ਦੀ ਬਹੂ ਦੇਖੀ ਤਾਂ ਹਜੇ ਐਂ ਕਰਕੇ ਬੰਦੇ ਉਹ ਤਾਂ ਐਂ ਕਰਕੇ ਹੱਥ ਪਾਉਂਦੀ ਹੈਗੀ ਕਿੰਨਾਂ ਦੀ ਬਹੂ ਆ ਸਾਡੇ ਉੱਧਰ ਜਦੋਂ ਤੇਰਾ ਵਿਆਹ ਨੂੰ ਤੋਦੀ ਬਹੁਤਾ ਥੱਪਾ ਲੈ ਗਰੀ ਉਹ ਫਿਰ ਮੇਰਾ ਵਿਆਹ ਹੀ ਹੋਇਆ ਹੋਇਆ ਮੈਂ ਕਨਵੇਟਾ ਦਾ ਹੈਗਾ ਯਾਰਾ ਕਿਹਦੇ ਨਾਲ ਵਿਆਹ ਹੋਇਆ ਤੇਰਾ ਇਹ ਤੋਂ ਬਾਅਦ ਤੇਰੇ ਨਾਲ ਮੇਰੇ ਇਹ ਹੋਊਗਾ ਜੇ ਕੁਝ ਹੁੰਦਾ ਗੱਲ ਨੂੰ ਦੇਖ ਲਾ ਕੁਝ ਨਹੀਂ ਕਹਿੰਦਾ ਯਾਰਾ ਪਿੰਡਾਂ ਦੇ ਦੇਖ ਕੇ ਸਾਰੇ ਸ਼ਤਰੌਲ ਫਿਰ ਦੂੰ ਆਪਦਾ ਆ ਜਾਓ ਫਿਰ ਮੈਥੋਂ ਬਾਣੀ ਬਕਵਾਸ ਜੀ ਨਹੀਂ ਬਣਦੀ ਜੇ ਬਈ ਜਾਨ ਨਿਕਲਦੀ ਆ ਸਕੂਟਰੀ ਆਉਂਦੀ ਚਲਾਉਣੀ ਆਦਾ ਸਕੂਟਰੀ ਤੇ ਆ ਜਾਊ ਸਕੂਟਰੀ ਆਉਂਦੀ ਐ ਨਹੀਂ ਆਉਂਦਾ ਹੈ ਬਾਈਕ ਨਹੀਂ ਆਉਂਦੀ ਉਹੀ ਤੇ ਕੁਝ ਹੋਊਗਾ ਕਹਾ ਐਵੇਂ ਹੀ ਚਲਦੀ ਹੋਊ ਵੀ ਐ ਕਿਵੇਂ ਚਲਦੀ ਆ ਉਹ ਚਲਦੀ ਐ 11 ਦੀ ਉਹਦਾ ਪੜਾਕਾ ਪੈ ਜਾਂਦਾ ਸਕੂਟਰੀ ਦਾ ਤਾਂ ना जलूस कढ़ा तू मेरा ना जलूस कढ़ा बाबी तू बह जा साडे चाचे बाबियां चो शर्म कर ला
ਉਹ ਫੇਰ ਕੀ ਹੁੰਦਾ ਪੋਚ ਕਦੇ ਨੇ ਹੱਥ ਪਾ ਲਈ ਉਰੇ ਮੈਂ ਬੂਥੜ ਤੇ ਮਰੂੰ ਪਾਲੀਆਂ ਹੱਥ ਨਾਲੇ ਹੋਰ ਬਹਿ ਜਾ ਨਹੀਂ ਮੇਰੇ ਤਾਂ ਰਮਾਨ ਜੀ ਦੀ ਵੀ ਕੁਛ ਜਰੂਸ ਕੱਢਦਾ ਇੱਥੇ ਨੇ ਕੁਛ ਨਹੀਂ ਹੁੰਦਾ ਭਾਬੀ ਬਹਿ ਜਾ ਬਹਿ ਜਾ ਇਹ ਆਉਂਦਾ ਨਹੀਂ ਚਲਾਉਣਾ ਮੇਰੇ ਸਾਦਾ ਨਹੀਂ ਮੈਂ ਆਪੇ ਲੈ ਜਾ ਇਹਨੂੰ ਕਾਹਤੇ ਲੈ ਕੇ ਆਉਣਾ ਸੀ ਤੁਸੀਂ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਕੁਛ ਨਹੀਂ ਹੋਇਆ ਭਾਈ ਕੁਛ ਨਹੀਂ ਲੰਘ ਜਾ ਚੱਲ ਹੁਣ ਖਰਚਾ ਇੱਕ ਮਿੰਟ ਚਲੋ ਹੁਣ ਨੀ ਡਿੱਗਦੀ ਭਾਬੀ ਮੇਰੇ ਸਾਲਿਆ ਸਾਰੇ ਪਿੰਡ ਚ ਸਕਿੱਲ ਦੇਖੋ ਹੀ ਨਹੀਂ ਬਲਕਿ ਆਪਦੇ ਆਪਦੇ ਓਪੀਨੀਅਨ ਦੇ ਕੇ ਇੱਥੋਂ ਕਾਫੀ ਸਾਰੇ ਪ੍ਰਾਈਜ਼ ਵੀ ਜਿੱਤੋ ਉਹ ਵੀ lotus65.in ਤੇ ਇੱਥੇ ਬਹੁਤ ਸਾਰੇ ਕੁਐਸਚਨਸ ਵੀ ਆਉਣਗੇ ਜਿਵੇਂ ਕਿ ਹੂ ਵਿਲ ਵਿਨ ਦੀ ਮੈਚ ਔਰ ਹੂ ਵਿਲ ਵਿਨ ਦੀ ਟੌਸ ਐਵੇਂ ਦੇ 50+ ਕੁਐਸਚਨ ਆਉਣਗੇ ਜਿਨ੍ਹਾਂ ਵਿੱਚ ਤੁਸੀਂ ਆਪਦੇ ਓਪੀਨੀਅਨ ਦੇ ਕੇ ਲੱਖਾਂ ਪ੍ਰਾਈਜ਼ ਵੀ ਜਿੱਤ ਸਕਦੇ ਹੋ lotus365 ਦੇ ਉੱਪਰ ਜਾ ਕੇ ਰਜਿਸਟਰ ਕਰੋ ਤੇ ਪਾਓ ₹365 ਦਾ ਬੋਨਸ ਇੱਥੇ ਤੁਹਾਨੂੰ ਮਿਲਦਾ 1-to-1 24-hour ਕਸਟਮਰ ਸਪੋਰਟ ਇੱਥੇ ਖੇਡਦੇ ਨੇ 10 million ਤੋਂ ਵੀ ਜ਼ਿਆਦਾ ਯੂਜ਼ਰ ਇੱਥੇ ਕ੍ਰਿਕਟ ਤੋਂ ਇਲਾਵਾ 200 ਹੋਰ ਵੀ ਪਲੱਸ ਕੁਐਸਚਨਸ ਆਉਣਗੇ ਜਿਨ੍ਹਾਂ ਵਿੱਚ ਤੁਸੀਂ ਆਪਣੇ ਓਪੀਨੀਅਨ ਦੇ ਕੇ ਜਿੱਤ ਸਕਦੇ ਹੋ ਬਹੁਤ ਸਾਰੇ ਪ੍ਰਾਈਜ਼ ਨਵਾਬੂਜ਼ੀਨ ਸਦੀਕੀ ਉਰਵਸ਼ੀ ਰਿਟੇਲਾ ਕਾਜਲ ਅਗਰਵਾਲ ਨੇਹਾ ਸ਼ਰਮਾ ਤੇ ਸੁਨੀਲ ਸ਼ੈਟੀ ਵੱਡੇ ਸੈਲੀਬ੍ਰਿਟੀ ਇਹਨਾਂ ਦੇ ਬ੍ਰਾਂਡ ਅੰਬੈਸਡਰ ਨੇ ਤਾਂ ਦੇਰ ਨਾ ਕਰੋ ਹੁਣੇ ਰਜਿਸਟਰ ਕਰੋ lotus365.in ਤੇ ਲਿੰਕ ਇਨ ਕਮੈਂਟ ਪਿਨ ਮਰ ਜਾ ਇੱਥੋਂ ਇੱਥੋਂ ਹਿੱਲੇ ਹੋਣਾ ਇੱਕ ਦੋ ਤਿੰਨ ਜਿਹੜਾ ਤੋਂ ਤੇਰੇ ਨਾਲ ਜਾਏ ਉਹਦੀ ਭੈਣ ਘੜਾਵੇ ਹੜਕੇ ਹੁਣ ਮੈਂ ਕੀ ਕਹਿੰਦਾ ਤੈਨੂੰ ਮੇਰਾ ਸਾਲਾ ਜਲੂਸ ਕੱਢ ਕੇ ਰੱਖਦਾ ਲੈ ਕੇ ਲੈ ਲਾ ਤੋ ਭਾ ਸ਼ਾਲੀ ਤੱਕ ਇੱਕ ਤਾਂ ਤੈਨੂੰ ਲੈ ਕੇ ਆਇਆ ਮੈਂ ਬੱਸਾਂ ਤੇ ਤੇ ਚੰਗੀ ਰਹਿੰਦੀ ਇਹਦੇ ਨਾਲ ਤਾਂ ਭਾਈ ਅਸੀਂ ਬੱਸਾਂ ਨਹੀਂ ਚੰਗੇ ਰਹਿੰਦੇ ਕੰਡਕਟਰ ਝੂਟੀਆਂ ਵੜਦੇ ਤੇ ਝੂਟੀਆਂ ਵੜਦੇ ਨਾਲੇ ਹੋਰ ਜਲੂਸ ਨਹੀਂ ਕੱਢਿਆ ਮੇਰੇ ਸਾਲੇ ਦੇ ਨੇ ਪਹੁੰਚ ਗਏ ਠੀਕ ਆ ਬਣਾ ਲੈ ਭਾਈ ਤੇਰੇ ਮੇਰੇ ਹੱਥ ਮੈਂ ਤੈਨੂੰ ਤਰ ਕੇ ਗੱਡੀ ਕਰਾ ਕੇ ਦੇ ਦਿੰਦਾ ਇਹਨੂੰ ਛੱਡਿਆ ਜਿਹੜੇ ਮੇਰੇ ਤੋਂ 5-10 ਹਜ਼ਾਰ ਰੁਪਏ ਲੈਣੇ ਨੇ ਖਾਤੇ 'ਚ ਰਖਾਉਣੇ ਉਹ ਵੀ ਰੱਖ ਦਿੰਦਾ ਮੈਂ ਤਾਂ ਤੂੰ ਬਹਿ ਜਾ ਮੇਰੇ ਸਾਲੇ ਦੇ ਮੈਂ ਛਤਰੌਲ ਫੇਰ ਦੂੰ ਬਰਨੌਲ ਵੀ ਕੰਮ ਨਹੀਂ ਕਰਨੀ ਜਿੱਥੇ ਜਿੱਦਾਂ ਮੇਰੀ ਜੁੱਤੀ ਪਊਗੀ ਛੱਡਿਆ ਕੀ ਹੈ ਨਾਲੇ ਲੋਕਾਂ ਦੀਆਂ ਬਾਹਾਂ ਕਿਹੜੀਆਂ ਪਾਉਂਦੀਆਂ ਉਰੇ ਹੱਥ ਉਰੇ ਹੱਥ ਲੋਕਾਂ ਦੇ ਤਾਂ ਉਰੇ ਪਵਾਉਂਦੇ ਨੇ ਇੱਥੇ ਪੱਟ ਤੇ ਮੈਂ ਗੱਲ ਭਗ ਜਾ ਓਏ ਭਾਈ ਇਹਨੂੰ ਲੈ ਜਾ ਉਧਰ ਮੇਰਾ ਖੂਨ ਖੌਲੀ ਜਾਂਦਾ ਮੈਂ ਕਤਲ ਕਰ ਦੂੰਗਾ ਇੱਕ ਮਿੰਟ ਮੈਂ ਖੂਨ ਕਰ ਦੂੰਗਾ ਲੈ ਜਾ ਅੱਜ ਨਿਪੜੀ ਲੈਣਦੇ ਪੜੇ ਪਰ ਇੱਕ ਮਿੰਟ ਖੜ ਜਾ ਮੈਂ ਕਿੰਨੀ ਵਾਰ ਸੁਣ ਮੈਂ ਲੜਦਾ ਨਹੀਂ ਮੈਂ ਸਿਰਫ ਉਹ ਗੱਲ ਕਰ ਰਿਹਾ ਆਰਗੂਮੈਂਟ ਕਰ ਰਿਹਾ ਮੂੰ ਮੇਰੀ ਗੱਲ ਸੁਣ ਲੈ ਭਾਬੀ ਤੈਨੂੰ ਮੈਂ ਕਦੇ ਮਾੜਾ ਚੰਗਾ ਬੋਲਿਆਗਾ ਕਸਰ ਕੀ ਰਹਿ ਗਈ ਹੁਣ ਕਦੇ ਕੀ ਕਿਹਾ ਮੈਂ ਕਦੇ ਕੁਝ ਕਹ ਸਾਜ ਨਹੀਂ ਪਿੰਡ ਤੋਂ ਸਾਲ ਹੋ ਗਿਆ ਸਾਜ ਨਹੀਂ ਪਿੰਡ ਚੋਂ ਕੋਈ ਉਂਗਲ ਕੱਟ ਕੇ ਦਿਖਾ ਲਿਆ ਵੀ ਤੂੰ ਤਾਂ ਮਾੜਾ ਚੰਗਾ ਕਿਹੜੇ ਦਿਨ ਵੀਰੇ ਆ ਨਹੀਂ ਚੱਲ ਖੜ ਜਾ ਨਹੀਂ ਆਪਾਂ ਮਾੜੇ ਆ ਇਹ ਮੇਰੇ ਸਾਹ ਦਾ ਸਾਰੇ ਚੰਗੇ ਨੇ ਜੱਸਾ ਆਜੂਗਾ 4 ਦਿਨ ਨੂੰ ਮੈਂ ਕਰਦਾ ਫੋਨ ਵੀ ਭੈਣ ਕਿਹੜਾ ਵੀ ਤੇਰੀ ਕਪੈਨ ਖੜਕੇ ਮੇਰੀ ਗੱਲ ਉਹ ਮੇਰਾ ਹੋ ਗਿਆ ਹੁਣ ਮੈਂ ਹੁਣ ਜਿੱਥੇ ਆ ਗਿਆ ਤੂੰ ਤੇ ਹਾਂ ਆ ਗਿਆ ਭਾਬੀ ਪਰਾਂ ਹੋ ਜਾ ਇੱਕ ਮਿੰਟ ਜਿੱਥੇ ਤੱਕ ਹੁਣ ਤੁਸੀਂ ਜਾਓਗੇ ਮੈਂ ਜਾਊਂਗਾ ਮੇਰੀ ਗੱਲ ਸੁਣ ਲਓ ਸਾਜਰੀ ਪਿੰਡ ਚੋਂ ਭਾਵੇਂ ਮੈਂ ਪੰਪ ਮੰਗ ਲਿਆ ਮੈਂ ਕਿਸੇ ਘਰੋਂ ਮੈਨੂੰ ਕੋਈ ਜਵਾਬ ਨਹੀਂ ਦਿੰਦਾ ਤੁਸੀਂ ਕੁਛ ਲੈ ਕੇ ਆਓ ਇੰਨੀ ਵਰਤ ਰਿਹਾ ਮੈਂ 1 ਸਾਲ ਦੇ ਵਿੱਚ ਤੂੰ ਭਾਬੀ ਤੈਨੂੰ ਮੈਂ ਕੀ ਕਿਹਾ ਕਦੇ ਮਾੜਾ ਚੰਗਾ ਕਿਹਾ ਤੈਨੂੰ ਮੈਂ ਕਦੇ ਭਾਈ ਪ੍ਰੀਤ ਲੈ ਜਾ ਇਹਨੂੰ ਤੂੰ ਮੈਂ ਤਾਂ ਮਾੜਾ ਹੁਣ ਮੈਂ ਨਹੀਂ ਜਾਂਦਾ ਤੁਹਾਡੇ ਨਾਲ ਕੁੱਤਾ ਹੋ ਜਿਹੜਾ ਤੁਹਾਡੇ ਨਾਲ ਜਾਵੇ ਭਾਗ ਜਾ ਮੈਂ ਤਾਂ ਸੋਚਿਆ ਦੀ ਓਏ ਕੁੱਤੇ ਨਾਲੋਂ ਘੱਟ ਵੀ ਨਹੀਂ ਹੈਗਾ ਮੈਂ ਤਾਂ ਸੋਚਿਆ ਦੀਗਾ ਤੂੰ ਉਹ ਚ ਬੱਸਾਂ 'ਚ ਜਾਵੇਂਗੀ ਅਫਸਰਾ ਮੈਂ ਮੋਟਰਸਾਈਕਲ ਤੇ ਲੈ ਕੇ ਬੱਸਾਂ 'ਚ ਮੇਰਾ ਬੰਦਾ ਆਪੇ ਲੈ ਕੇ ਆਉਂਦਾ ਮੈਨੂੰ ਕੋਈ ਨਾ ਤੈਨੂੰ ਪਤਾ ਮੇਰਾ ਭਰਾ ਛੱਡ ਜਾਂਦਾ
ਮਸਲਾ ਇਹਨੂੰ ਲੈ ਜਾ ਤੂੰ ਕੀ ਲੱਗਦਾ ਕਿਉਂ ਕੁੱਤੇ ਦਾ ਵੱਡਿਆ ਨਾ ਹੋਵੇ ਤਾਂ ਤਰਨ ਜਾ ਭੱਗ ਜਾ ਓਏ ਚੱਲ ਪਾਪੇ ਯਾਰ ਕਾਹਨੂੰ ਯਾਰ ਚੱਲ ਬੱਚਾ ਹਾਂ ਪਰੋਣਾ ਕਬੂਤਰ ਹੀ ਲੱਗਾ ਇੱਕ ਪਿਓ ਦੇ ਕਬੂਤਰ ਨਹੀਂ ਲੋੜ ਆਂਦੇ ਤੇ ਪੁੱਤ ਉਹ ਮਸਲਾ ਸਾਡੇ ਤਾਂ ਉਹ ਭੈਣ ਦੇ ਹੋਰੇ ਕੁਝ ਕਬੂਤਰ ਹੋਏ ਪਏ ਨੇ ਹੈ ਲੋਮਾ ਦਾ ਉਹਰੇ ਆਸਪਰੀ ਬੈਠਾ ਦੀ ਕਬੂਤਰ ਲੈ ਕੇ ਆਵੇਗਾ ਆਵੇ ਖਾਦੀ ਹੱਥ ਭਾਗ ਜਾ ਮਸਲਾ ਭਾਗ ਜਾ ਆਪਦਾ ਆ ਚੱਕ ਭਾਬੀ ਆਪਦਾ ਸਮਾਨ ਮੇਰੀ ਭੈਣ ਵਾਲੇ ਚੋਂ ਕੱਢ ਦੇ ਸਾਡਾ ਤੁਹਾਡੇ ਨਾਲ ਕੋਈ ਲਾਗਾ ਤੇ ਗੰਨ ਆ ਚੱਕੋ ਲੈ ਭਾਬੀ ਤੇਰਾ ਸਾਰਾ ਸਮਾਨ ਆ ਮੇਰੀ ਭੈਣ ਦਾ ਹੈਗਾ ਸਾਡੇ ਨਾਲ ਤੁਹਾਡਾ ਕੋਈ ਲਾਗਾ ਤੇ ਗੰਨ ਠੀਕ ਆ ਬੁਰਸ ਬੁਰਸ ਮੇਰੀ ਭੈਣ ਦਾ ਹੈਗਾ ਹੋਰ ਵੀ ਕੁਝ ਲੈ ਕੇ ਜਾਣਾ ਨਹੀਂ ਅਸੀਂ ਪਰਤ ਤੇ ਨਹੀਂ ਛੱਡਣ ਵਾਲਾ ਆਪਦਾ ਨਹੀਂ ਲੈ ਜਾ ਸਾਰਾ ਕੁਝ ਲੈ ਜਾ ਨਾ ਨਾ ਇਹ ਤਾਂ ਮਾੜਿਆ ਬਸ ਜਾ ਹੁਣ ਜੇ ਕਰਦੇ ਆ ਮੂੰਹ ਤਾਂ ਐ ਕਹਿੰਦੇ ਨੇ ਕਿਸੇ ਦਾ ਕਰੇ ਨਾ ਸਹੀ ਗੱਲ ਆ ਕੱਢ ਜੂਗਾ ਜਾ ਦਫਾਓ ਤੂੰ ਸ਼ੁਕਰ ਹੈ ਬਾਹਰ ਨਿਕਲੋ ਵੱਡਾ ਜੇਲਦਾਰ ਬਣਿਆ ਫਿਰਦਾ ਆ ਜਾ ਬਾਹਰ ਕਿਉਂ ਜਲੂਸ ਕੱਢੀ ਜਾਂਦਾ ਭਲਾ ਕੋਈ ਬੰਦੇ ਵਾਲੀ ਗੱਲ ਹੈਗੀ ਹੈ ਨਾ ਤੂੰ ਸਮਝਦਾ ਕੀ ਹੈ ਵੀ ਤੂੰ 2000 ਦੇ ਕੇ ਮੈਨੂੰ ਖਰੀਦ ਲਿਆ ਤੇਰਾ ਕੱਢੋ ਜਲੂਸ ਮੈਂ ਬਾਹਰ ਆ ਜਾ ਮੇਰੀ ਬਹੂ ਆਈ ਹੋਈ ਹੈ ਬਾਹਰ ਆ ਤੂੰ ਮੈਂ ਆ ਜਾ ਮੇਰੇ ਜਵਾਕ ਆ ਰਹੇ ਨੇ ਕਰੇ ਰਿਸ਼ਤੇਦਾਰ ਆ ਰਹੇ ਕਹੀਂ ਐ ਨਹੀਂ ਨਾਲੇ ਕੇਸ ਨਿਪੜਦੇ ਮੇਰੀ ਗੱਲ ਸੋਰੀ ਹਾਂ ਰਿਆ ਮੇਰੀ ਗੱਲ ਸੁਣ ਤੜਕੇ ਤੈਨੂੰ ਦਿੱਤਾ ਹੈਗਾ ਪੈਸੇ ਮੈਂ ਐ ਨਿਪੜਦਾ ਹੁੰਦਾ ਕਿਤੇ ਨਾ ਉਹਨੇ ਪਤਾ ਗਈ ਤੜਕੇ ਤੈਨੂੰ ਕਿਹਾ ਨਹੀਂ ਮੈਂ ਕਿਹਾ ਵੀ ਆਪਣਾ ਨਿਪੜ ਗਿਆ ਹੁਣ ਐ ਨਹੀਂ ਬਈ ਨਿਪੜਦਾ ਮੈਂ ਤਾਂ ਕਰ ਲਈ ਥਾਣੇ ਗੱਲ ਤੇਰਾ ਗੜੀਸਾ ਪਾਉ ਮੈਂ ਤਾਂ ਯਾਰ ਕਿਉਂ ਐਡੀ ਤਾਂ ਮੈਂ ਗੱਲ ਵੀ ਨਹੀਂ ਕਰੀ ਮੈਂ ਤਾਂ ਤੇਰੀ ਬੂਰੂ ਹੱਥ ਵੀ ਲੈ ਮੈਂ ਤਾਂ ਜੱਸੇ ਦੀ ਬੂਰੇ ਡਿੱਗ ਗਿਆ ਨਹੀਂ ਲਾਇਆ ਸਾਲਾ ਤੇਰਾ ਕੀ ਪਤਾ ਬਈ ਜੋਰੇ ਦਾ ਹੈ ਹੱਦ ਹੋ ਗਈ ਯਾਰ ਦੇਖ ਮੇਰੀ ਗੱਲ ਸੁਣ ਬਾਈ ਹੈ ਅਸੀਂ ਤੈਨੂੰ ਕੁਛ ਨਹੀਂ ਕਿਹਾ ਤੇਰੇ ਤੇਰੇ ਤੇ 2 ਰੁਪਏ ਦੇਣੇ ਨੇ ਤੈਨੂੰ ਤੜਕੇ ਦੇਤੇ ਨਾ ਬਈ ਲੈ ਤੂੰ ਤਾਂ ਚੁੱਪ ਕਰਕੇ ਘਰੇ ਜਾ ਤੂੰ ਦਾਰੂ ਦਾਰੂ ਪੀ ਕੇ ਮੇਰੇ ਮੂਰੇ ਨਖ ਲਿਆ ਓਏ ਨਾ ਬਈ ਲੱਗ ਮਾਲ ਕਰ ਦੇ ਭਾਈ ਜਾ ਆਪਦਾ ਘਰੇ ਹੈ ਘਰੇ ਜਾ ਆਪਦੇ ਮੈਂ ਤਾਂ ਰੌਣਾ ਪਊ ਹੈ ਘਰੇ ਜਾ ਨਾ ਭਾਈ ਜਾ ਰੇ ਮੈਨੂੰ ਐ ਦੱਸ ਹੁਣ ਤੈਨੂੰ ਪਰੌਣਿਆ ਚਾਹੀਦਾ ਕੀ ਐ ਪੈਸੇ ਹੋਰ ਦੇ ਹੈ ਹੋਰ ਦੇ ਪੈਸੇ ਆਪਾਂ ਤੈਨੂੰ ਵੀਰੇ ਨੇ ਕੀ ਗੱਲ ਕਹੀ ਦੀ ਪਤਾ ਯਾਰ ਤੂੰ ਵੀਰੇ ਦੀ ਸੱਡ ਹੁਣ ਗੱਲ ਤੇਰੇ ਨਾਲ ਆ ਗਈ ਵੀਰਾ ਦਾ ਕੰਦਰ ਦਾ ਮੁੜ ਕੇ ਆਈ ਨਹੀਂ ਮੇਰੇ ਲੈ ਮੁੜ ਕੇ ਨਹੀਂ ਮੈਂ ਤਾਂ ਗਾਹ ਪਊ ਮੈਨੂੰ ਨਹੀਂ ਪਤਾ ਤੈਨੂੰ ਡੱਬਾ ਹੋਰ ਚਕਵਾ ਦਈਏ ਹੈਂ ਨੱਬੜ ਜੇਗਾ ਹਾਂ ਨਾ ਸੋਚਾਂਗੇ ਫਿਰ ਵੀ ਹਜੇ ਫਿਰ ਵੀ ਸੋਚੇਗਾ ਡੱਬਾ ਲੈ ਕੇ ਹਾਂ ਨਾ ਚੋਦਾ ਬੀਰਾ ਭੈਣ ਦਾ ਆਪਾਂ ਐ ਕਰ ਖੇਤ ਬੀਰਾ ਕਰਤੇ ਹੋਗਾ ਪਤਾ ਹੈ ਹੈ ਬੁਲਾ ਲੈ ਓਰੇ ਖੜਾ ਉਹ ਪੱਕੂਆ ਹੈ ਆ ਜਾ ਆ ਸਰੋਂ ਇਹਦਾ ਭੈਣ ਉਹਦੀ ਪੱਕ ਗਈ ਸਰੋਂ ਦਾ ਪੱਕ ਗਈ ਜਿਹੜੀ ਪੱਕ ਗਈ ਜੋ ਆ ਪੜੋਈਆ ਪੱਕ ਗਿਆ ਆ ਗਿਆ ਸਾ ਮਲੰਗ ਮਲੰਗ ਨੂੰ ਭੈਣ ਲੈ ਜਿਹੜਾ ਮੈਂ ਤੇਰਾ ਉਹ ਕਰਤਾ ਆ ਤੂੰ ਸਾਲਾ ਮੁੜ ਕੇ ਆਈ ਨਹੀਂ ਉਹ ਕਹਿ ਕੇ ਮੈਨੂੰ ਠੀਕ ਹੈ ਕੇ ਵੀ ਆਇਆ ਮੈਂ ਹੁਣੀ ਮੈਨੂੰ ਐ ਦੱਸ ਵੀ ਰਿਆ ਤੇਦੇ ਨਾਲ ਨਿਮੇੜਿਆ ਕਿ ਨਹੀਂ ਨਿਮੇੜਿਆ ਦਾ ਪਰੋਇਆ ਤੜਕੇ ਖੜ ਕੇ ਆ ਕੇ ਤੜਕੇ ਨੇ ਲਲਕਰੇ ਮਾਰ ਲੱਗ ਗਿਆ ਮੈਂ ਤੈਨੂੰ ਕਿਹਾ ਮੈਂ ਨਹੀਂ ਬੱਜਣਗੀ ਹੈ ਪੜਦਾ ਯਾਰ ਲੈ ਕੀ ਸਮਝਾ ਇਹ ਸ਼ਰਾਬੀ ਬੰਦੇ ਨੂੰ ਹੁਣ ਕੀ ਗੱਲ ਕਰਾਂ ਮੈਂ ਤੈਨੂੰ ਕਿਹਾ ਦੀ ਮੰਦਰਾ ਨੀ ਬੋਤਲਾ ਤੂੰ ਦੋ ਬਈ ਨਾ ਹੈ ਓ ਨੱਬੇ ਦਾ ਤੜਕੇ ਲੈ ਗਿਆ ਮੇਤੋਂ ਇਹ ਹੈ ਹੋਰ ਚਰਨੋ ਘਰੇ ਬਾਗੀ ਬਾਗੀ ਹੂ ਚਰਨੋ ਯਾਰ ਜਿਹੜੀ ਗੱਲ ਤੁਸੀਂ ਉਹ ਕਰੋ ਮੈਂ ਉਹੀ ਗੱਲ ਕਰਦਾ ਮੈਂ ਬੋਤਲਾ ਚਰਨੋ ਹੱਥ ਫੜਾ ਦੂੰ ਨਹੀਂ ਮੈਂ ਛੱਡਿਆ ਹੂਗਾ ਉਹਨੂੰ ਤੂੰ ਨਾਲੇ ਬਾਲਾ ਨਾ ਕਰ ਮੈਂ ਕਿੱਥੇ ਆਉਣਾ ਮੈਂ ਤੈਨੂੰ ਚਰਨੋ ਮੇਰੀ ਗੱਲ ਸੁਣ ਭਾਈ ਸਾਡੇ ਘਰੇ ਦਾਰੂ ਪੀ ਕੇ ਨਾ ਅਸੀਂ ਤਾਂ ਗਾਹਾਂ ਬਾਬੇ ਨੂੰ ਮੰਨਦੇ ਆ ਸਰਸੇ ਵਾਲੇ ਨੂੰ ਯਾਰ ਹਾਂ ਸਾਡੇ ਘਰੇ ਨਾ ਦਾਰੂ ਵੜਦੀ ਜਾ ਹੜਦਾ ਬਾਲਾ ਕਿ ਵੜਦਾ ਦਾਰੂ ਨਹੀਂ ਵੜਦੀ ਆਂਡਾ ਨਹੀਂ ਵੜਦਾ ਮੈਂ ਲੈ ਕੇ ਮੈਂ ਨਹੀਂ ਆਉਂਦਾ ਕਿੰਨੇ ਚ ਮੰਨੂ ਇਹ ਪਣੋਈਆ ਹੁਣ ਇਹਨੂੰ ਦੇ ਦੇ ਯਾਰ ਬੋਤਲਾਂ ਲਿਆ ਦਾ ਦੋ ਕੱਲ ਨੂੰ ਕਿੰਨੇ ਲੈਣੇ ਨੇ ਤਾਂ ਹੈ ਡੱਬੇ ਜੋਗਰਾ ਕਰਾ ਦੇ ਡੱਬੇ ਜੋਗਰਾ ਦੇ ਬਰੇ ਸਾਲੇ ਨੂੰ ਓ ਚੋਦੇ ਡੱਬੇ ਜੋਗੇ ਕਿੱਥੇ ਹੈ ਮੈਂ ਦੇ ਦੂੰ ਮੈਂ ਸੋਨਾ ਸਾਰ ਲੇਗਾ ਮੈਂ ਕਰੇ ਦੇ ਉਹ ਮੈਂ ਕਰੇ ਦੇ ਮੈਂ ਕਰੇ ਫੜਾਇਆ ਉਹਨਾਂ ਤੈਨੂੰ ਆ ਰਿਹਾ ਮੈਂ ਚੱਲ ਨਾਲ ਡੱਬਾ ਹੀ ਚੱਕ ਲਊ ਮੈਂ ਤੇਰੇ ਵਾਸਤੇ ਚੱਲ ਤੂੰ ਚੱਲ ਉਹ ਬੋਤਲ ਜੋਗਰਿਆ ਦੇ ਦੇ ਹੁਣ ਕੋਈ ਨਾ ਕੋਈ ਨਾ ਪਰਾਂ ਕੱਢ ਜਲੂਸ ਦਾ ਨੰਬੀੜ ਪਰਾਂ ਇਹਦਾ ਉਹ ਬਾਕੀ ਨੂੰ ਨਹੀਂ ਯਾਰ ਵੀ ਦੇ ਨੰਬੀੜ ਪਰਾਂ ਪਾ ਦੇ ਤੇਰੇ ਦੇ ਬੇਦ ਵਾਰੀ ਹੈ ਕਿਤੇ 2000 ਦੇ ਕੇ ਪਰਾਂ ਨੰਬੀੜ ਹੁਣ ਆਏ ਬਈ ਮੈਂ ਡਰਾ ਦੇ ਕਰੇ ਹਾਂ ਚੰਗਾ ਚੰਗਾ ਠੀਕ ਹੈ ਹਾਂ ਚੰਗਾ ਭਾਗੂ ਹੁਣ ਨਿਪੜ ਗਿਆ ਆਪਣਾ ਉਹ ਸੋਚਾਂਗੇ ਹਲੇ ਕੀ ਹੈ ਐ ਥੋੜੀ ਨਿਪੜਦੇ ਕੰਮ
मेरे साले नू मैं गल करूंगा उतर जू माड़ी मोटी ओद जलूस कड़ता भैन चोद मैं अड होना कल टेलीफोन जसे घरे आ जा चुप करके भैन कड़ा बेतरी कहते हाड़ी दी बाडी की करता इथे मैं बढ़ दू किसी ना किसी ओहो की गया मेरी गल सुन मेरी बहू नू कहिंदा मेरे इथे कसूते दा मैं हत्थ पा के बैठ यार हां है कोई बंदा कसूते दा मैं हत्थ पाउंदा ना कतल कर दू किसी मैं कोई ना आप कर दिया गल कर दिया चल तू घरे चल भाभी तू मेरे उरे हाथ पवा दे महा मोटरसाइकिल चलाउंदा हुंदा जिहड़ा महा ओहदे मगर पैंदियां हुंदियां ने रखड़ी बन दे तू तो मेरे खेडिया पड़िया वा कथो खेडी है मेरे कहने जुत्ती कड लें जिम सौकना कर दया ने सौकन सौकने फिल्म च जो एमी विरक वाली है गल ₹2,00,000 मैं परा जो गया उदो गल्लां करी जाण कहिंदे ऐ करके घरे आए आएगा फलाना ये कहिंदा ला ₹2,00,000 दे दे मम्मी जी नू पैसे दे के आया उत्थे इदां तां ही सारा घर लटा दूंगा मैनू नहीं पता इन्ने पैसे सीगे उत्थे मैं करदी आ जस्से नू तां है नहीं सीगा नहीं तां मैं भी दे आउंदा मैं आख्या मां तू क्यों दे आंदा उहदा घर लुटाण लग्गिया तू इहदे पिछे लग्गिया मैनू तां ऐ हैगा वी ओह परौणे दिंदे ने कि मैनू कहिंदा परौणे रिवाज आ कहिंदा दिंदे ने परौणे ऐ कहिंदा तू परौना नहीं है उन्होंने माड़ी मोटी अकल तो कम ले लिया कर कतल होगा जेडे हालात चल रहे ने मेरे पुत दी मेरे दा पित ठाती ने गरम शर्द हो जूगा इहदे नाल कोई नहीं नहीं होंदा है मैं तो बर्फ बर्फ ही लगी जानी काल दी ना लग के करा ठार दे दे मैनू कोई गल मैं तो चिमटा लैन आया बता मेरी तो छोटे नाल कोई बोल चाल है ही नहीं गी मैं तैनू मेरे असल नु होण दे दूं तूंबा आ लैन आया सी बता जे मेरा होर भी कुछ इधर होया फटा दियो भाई आपा नहीं छोटे नाल बोल दफाओ इत्थों ਕਿੰਨਾ ਕਰੇਗਾ ਭਾਈ ਸਰੋਂ ਇਹ ਚੱਕਰ ਵਾਲੀ ਖਾਸਾ ਪਿਆ ਭਾਈ ਹਾਂ ਯਾਰ
ਚਾਹ ਤੂੰ ਲੈ ਕੇ ਬਾਗੇ ਦੀ ਮੁੰਡਾ ਕਿ ਗਿਆ ਨੀ ਲਿਆਉਣਾ ਬਾਈ ਮੈਂ ਚਾਹ ਕਰਾ ਕੇ ਕੋਈ ਨਾ ਉਹ ਭਾਈ ਚਾਹ ਤੂੰ ਬਣਾ ਦੋ ਮਾੜਾ ਮੋਟਾ ਤੜਕੇ ਦੇ ਲੱਗ ਰਹੇ ਨੇ ਬੰਦੇ ਕੰਮ ਵਾਲੇ ਹੈ ਮੈਂ ਕਿਉਂ ਬਣਾਵਾਂ ਨੌਕਰ ਰੱਖੇ ਹੋਏ ਆ ਤੇਰੇ ਕੀ ਗੱਲ ਹੋਰ ਭਾਈ ਚਾਹ ਕੌਣ ਬਣਾਊਗਾ ਆਪਦੀ ਰੰਨ ਨੂੰ ਕਹਦੇ ਜੇ ਚਾਹ ਬਣਵਾਣੀ ਆ ਓਏ ਹੁਣ ਉਹ ਡਿਊਟੀ ਵੀ ਜਾਣਾ ਨੇ ਫਿਰ ਮੈਂ ਕੀ ਕਰਾਂ ਉਹਨੂੰ ਤਾਂ ਸਾਂਭ ਸਾਂਭ ਕੇ ਰੱਖਦਾ ਜਿਵੇਂ ਰੂਹ ਹੁੰਦੀ ਆ ਹੈ ਅਸੀਂ ਤੇਰੇ ਨੌਕਰ ਰੱਖੇ ਹੋਏ ਆ ਨੌਕਰ ਵਾਲੀ ਗੱਲ ਨਹੀਂ ਹੈਗੀ ਭਾਈ ਜਿਹਦਾ ਹੁਣ ਸਰਕਾਰੀ ਕੰਮ ਕਰਦੀ ਆ ਉਹ ਹੈ ਉਹਦਾ ਬੰਨੀ ਹੋਈ ਉੱਥੇ ਹੁਣ ਕੰਮ ਕਰ ਕਰੂਗੀ ਡਿਊਟੀ ਕਰੂਗੀ ਉਹ ਜੇ ਆਪਦੇ ਆਪ ਨੂੰ ਘਰ ਦੀ ਅੱਧੀ ਮਾਲਕਣ ਸਮਝਦੀ ਆ ਨਾ ਕੰਮ ਵੀ ਕਰੇ ਅੱਧਾ ਚਾਹੇ ਦਿਨੇ ਕਰੇ ਚਾਹੇ ਕਰੇ ਰਾਤੀ ਠੇਕਾ ਨਹੀਂ ਹੈਗਾ ਸਾਨੂੰ ਕੰਮ ਲਈ ਰੱਖਦਾ ਸੀ ਤੇਰੇ ਨੌਕਰ ਆ ਹੱਦ ਹੋ ਗਈ ਜਮੀ ਹੱਦ ਹੋ ਗਈ ਹੈ ਹੁਣ ਸਰਕਾਰੀ ਕੰਮ ਕਰੂਗੀ ਘਰ ਦੇ ਕੰਮ ਕਰੂਗੀ ਉਹ ਪਹਿਲਾਂ ਗੱਲ ਕਰੀ ਸੀ ਮੈਂ ਤਾਂ ਵੀ ਭਾਈ ਕੁੜੀ ਲੱਗੀ ਹੋਈ ਐ ਬਈ ਸਾਨੂੰ ਨਹੀਂ ਪਤਾ ਸਾਡੇ ਤੋਂ ਨਹੀਂ ਹੁੰਦਾ ਜੇ ਘਰ ਦੇ ਅੱਧੇ ਮਾਲਕ ਉਹ ਤਾਂ ਕੰਮ ਕਰਿਆ ਕਰੋ ਅੱਧਾ ਅੱਧੇ ਮਾਲਕ ਤੁਸੀਂ ਕਹਾ ਇੱਥੇ ਬੈਠੇ ਰਹਿੰਦੇ ਹੋ ਪਟਵਾਰੀ ਬਣ ਕੇ ਉਹ ਘਰ ਵਾਲਾ ਮੇਰਾ ਵਿਚਾਰਾ ਮਸ਼ੀਨ ਤੇ ਮਰੀ ਜਾਂਦਾ ਬੋਲ ਦੰਗਾ ਓਏ ਖਬਰਦਾਰ ਪਰੋਣਿਆ ਜੇ ਸਾਡੀ ਅਣਖ ਜਾ ਗਈ ਨਾ ਸਾਡੇ ਨਾਲ ਤੇਰਾ ਕੋਈ ਲੈਣ ਦੇਣ ਨਹੀਂ ਨਾਲ ਨਿਕਲ ਮਾਸੜਾ ਮੈਂ ਜਾਣਦਾ ਤੁਹਾਡੀ ਅਣਖ ਨੂੰ ਕਦੇ ਮੇਰੇ ਤੁਸੀਂ ਕਣਖ ਦੇ ਮਾਲਕ ਹੋ ਤੁਸੀਂ ਕਦੇ ਮੇਰੇ ਭਾਈ ਨੂੰ ਕੰਮ ਲਾ ਲੈਂਦਾ ਅਸੀਂ ਤੇਰੇ ਨੌਕਰ ਆ ਤਿੰਨੋ ਦੀਦੀ ਨੂੰ ਬੋਲਦਾ ਰਹਿੰਦਾ ਸਾਰਾ ਦਿਨ ਮੈਂ ਗੰਡਾਸਾ ਮਰੂ ਮੇਰੇ ਸਾਲ ਦੇ ਉਹ ਬਾਜਾ ਬਾਜਾ ਤੂੰ ਤਾਂ ਉੱਤੇ ਬਾਜਾ ਹੁਣ ਨਹੀਂ ਡਰਦੇ ਡਰਦੇ ਹੁਣ ਤਾਂ ਹਾਂ ਉਹ ਵੇਖ ਰਾ ਘਰ ਵਾਲਾ ਮੇਰਾ ਮਸ਼ੀਨ ਤਾਂ ਮਰੀ ਜਾਂਦਾ ਕਦੇ ਚੱਪਲਾਂ ਦਾ ਜੋੜਾ ਲੈ ਕੇ ਦਿੱਤਾ ਉਹਨੂੰ ਕਰ ਰਿਹਾ ਸਾਡੇ ਨਾਲ ਕਿਉਂ ਮੈਂ ਨਹੀਂ ਕੰਮ ਕਰਦਾ ਹੈਗਾ ਪੈਸੇ ਕੰਮ ਕਰਦੀ ਹੈਗਾ ਪੈਸੇ ਆਪ ਦੇ ਲਿਜਾ ਕੇ ਸੋਹਰੇ ਨੂੰ ਖਿਲਾਈ ਜਾਂਦਾ ਕਿਹੜਾ ਭੈਣ ਚੋਂ ਕਹਿੰਦਾ ਸੋਹਰੇ ਖਵਾਤੇ ਪੈਸੇ ਨਾ ਨਾ ਕੱਟੋ ਦੇਖੇ ਨਹੀਂ ਆ 2 ਲੱਖ ਕੌਣ ਕਹਿੰਦਾ ਤੈਨੂੰ ਤੂੰ ਤੇਰੇ ਦੱਸਿਆ ਮੈਨੂੰ ਆ ਕੇ ਭੈਣ ਦੀ ਡਾਂਗ ਕਿਹਦੀ ਗੱਲ ਨਹੀਂ ਪੱਜਦੀ ਸੋਸ਼ਲ ਕਰ ਰਿਹਾ ਸਾਡਾ ਸਾਰੀ ਫੈਮਿਲੀ ਦਾ ਅਸੀਂ ਮਰ ਗਏ ਕਮਾ ਕਮਾ ਕੇ ਮੈਂ ਕਦੋਂ ਦੇ ਕੇ ਆਵਾਂ 2 ਲੱਖ ਰੁਪਿਆ ਓਏ ਕਹਿੰਦਾ ਜਦੋਂ ਮੈਨੂੰ ਪਰਾਂ ਭੇਜਿਆ ਤੀ ਹੁਣ ਤਾਂ ਇਹ ਹੋਊ ਬਾਈ ਜਦੋਂ ਤੁਸੀਂ ਸਾਡੇ ਨਾਲ ਜੱਗੋ ਤੇਰੀ ਮੈਂ ਕਰ ਦਿਓ ਸੀ ਵੀ ਨਾਲੇ ਪਰੋਣੇ ਅਸੀਂ ਕੰਮ ਨਹੀਂ ਕਰਨਾ ਹੈ ਅੱਜ ਤਾਂ ਰਾਖੀ ਕਰਨਾ ਹੈ ਹਾਂ ਜੇ ਮੇਰਾ ਭਾਈ ਨਾ ਜਾਂਦਾ ਮੈਨੂੰ ਤਾਂ ਪਤਾ ਹੀ ਨਾ ਲੱਗਦਾ ਤੂੰ 2 ਲੱਖ ਦੇ ਕੇ ਆਇਆ ਜੇ ਤੈਨੂੰ ਕੋਈ ਮਾੜਾ ਸਿੱਕਾ ਹੁਣ ਬੁੱਲ ਚੱਲੇ ਨਾ ਕਰ ਕਿਸੇ ਦੀ ਮੈਂ ਨਹੀਂ ਚੱਲਦੀ ਵੀ ਤੂੰ ਫਿਕਰ ਨਾ ਕਰ ਟਿਕਦਾ ਮੇਰੇ ਉਹ ਤੂੰ ਬਗ ਜਾ ਬਗ ਜਾ ਹੋਰ ਨਾ ਮੈਥੋਂ ਖਾਲੀ ਬੂਝ ਜੇ ਬਾਬਾ ਤੂੰ ਤੇ ਮੈਂ ਭੈਣ ਦੀ ਡਾਂਗ ਥੋੜੀ ਦੀ ਮੈਂ ਖਬਰਦਾਰ ਜੇ ਮੇਰੇ ਭਾਈ ਨੂੰ ਹੱਥ ਲਾਓ ਅੜਦੀ ਨਹੀਂ ਹੈਗੇ ਨਾਲੇ ਹੋਰ ਕਰੀਂ ਨਾ ਬਣਾ ਕੇ ਘਰ ਨੂੰ ਨੌਕਰ ਬਣਾ ਰੱਖਿਆ ਸਾਨੂੰ ਉਹ ਚਾਹ ਬਣਾ ਕੇ ਦੇ ਘੁੱਟ ਕਾ ਤਿਹਾੜੀਆਂ ਨੇ ਚਿੰਚੀਆਂ ਦਾ ਪਾ ਕੇ ਚਾਰੀ ਦਿੱਤੀ ਲੜਕੀ 10 ਵੱਜ ਗਏ ਪ੍ਰੀਤ ਨੇ ਨਹੀਂ ਬਣਾਈ ਹੈ ਪ੍ਰੀਤ ਨੇ ਪਤਾ ਚੁੱਗਾ ਚੱਕ ਗਈ ਨਹੀਂ ਭਾਈ ਮੈਂ ਨਹੀਂ ਕਿਹਨੀ ਕੰਮ ਕਰਦੀ ਆਪਦਾ ਆਪਦਾ ਕੰਮ ਕਰੇ ਨਾ ਕਰੇ ਮੇਰਾ ਡਿਊਟੀ ਦਾ ਟਾਈਮ ਹੋ ਗਿਆ ਦੇਖੋ 9 ਵੱਜ ਗਏ ਨੇ ਤੂੰ ਡਿਊਟੀ ਦੇ ਬਾਈ ਦਾ ਉਧਰ ਦਿਹਾੜੀਏ ਭਾਜਣਗੇ ਸਾਰੀ ਸਰੋਂ ਦੀ ਭੈਣ ਘੜੀ ਜੀ ਉੱਤੇ ਕੀਲਾ ਸਰੋਂ ਦਾ ਲਾਇਆ ਹੋਇਆ ਤੇ ਚਰਨੋ ਚਰਨੋ ਦਾ ਤੜਕੇ 6 ਵਜੇ ਰਹੀ ਹੋਈ ਆ ਤਾਂ ਉੱਥੇ ਲੱਗ ਰਿਹਾ ਖਾਂ ਭੀਰਾ ਪੁੱਛਿਆ ਮੈਂ ਬੀੜੀ ਤੇ ਪਤਾ ਸਰੋਂ ਬਣਾਉਣ ਲੱਗ ਰਿਹਾ ਵਿਚਾਰੀ ਤੜਕੇ ਦੇ ਉੱਤੇ ਚਲੋ ਮੈਂ ਛੁੱਟੀ ਲੈ ਲੈਣੀ ਆ ਫਿਰ ਅੱਜ ਭਰਾ ਕੇ ਦੇ ਘੁੱਟ ਕੇ ਚਾਹ ਅਜੇ ਅਜੇ ਹੈਗੇ ਨੇ ਮੇਰੇ ਸਾਲੇ ਜੀ ਆਪਦਾ ਟੋ ਹੋ ਜਾਗਾ ਜੱਸੇ ਨੂੰ ਹੋਣ ਦੇ ਬੰਬ ਆ ਗਿਆ ਗੁਲਾਬੀ ਬੰਬ ਆ ਗਿਆ ਬੰਬ ਆ ਗਿਆ ਹੈ ਕਿਹਨੂੰ ਕਿਹਾ ਬੰਬ ਤੈਨੂੰ ਤਾਂ ਅਸੀਂ ਕਿਹਾ ਨਹੀਂ ਨਾ ਤੈਨੂੰ ਅਸੀਂ ਬੁਲਾਈਏ ਤੂੰ ਸਾਡੇ ਗੁਲਾਬੀ ਸੂਟ ਮੈਂ ਹੀ ਪਾਇਆਗਾ ਇਹ ਤਾਂ ਜੈਸਮੀਨ ਸੈਂਟਰ ਸਾ ਗੁਲਾਬੀ ਕੁਵੀਨ ਉਹਨੂੰ ਵੀ ਕਹਿੰਦੇ ਨੇ ਇਸ ਤਾਂ ਗਾਵਾਂਗੇ ਗੁਲਾਬੀ ਬੰਬ ਆ ਗਿਆ ਜਿਆਦਾ ਮੇਰੇ ਤੋਂ ਜੁੱਤੀਆਂ ਨਾ ਖਾ ਲਈ ਤੂੰ ਤੈਨੂੰ ਅਸੀਂ ਕੀ ਕਹਿਣੇ ਆ ਤੈਨੂੰ ਕੀ ਕਹਿਣੇ ਅਸੀਂ ਤਾਂ ਵੀ ਲਿਖਿਆ ਹੋਇਆਗਾ ਆਪਦੀ ਭੈਣ ਨੂੰ ਕਹਿਣਾ ਚਾਰੀ ਲੱਗੀ ਤੋਂ ਹੁੰਦਾ ਤੇ ਰੱਬ ਵਰਗਾ ਹੈ ਟੁੱਟ ਕੇ ਸਰੀਕ ਹੋ ਗਿਆ ਨਹੀਂ ਤਾਂ ਦੇਖ ਲਾ ਜਿਹਨੂੰ ਤੂੰ ਸਿਧਰਾ ਸਿਧਰਾ ਕਰਦੀ ਐ ਇਹ ਤਾਂ ਭੋਲਾ ਐ ਜੇ ਇਹਨੇ ਚੱਜ ਦਾ ਹੋਵੇ ਤੇ ਚਿੱਤਰ ਕਾਹਨੂੰ ਖਾਵੇ ਜੇ ਨਾ ਹੋਵੇ ਅੱਛਾ ਭੋਲਾ ਐ ਇਹਨੂੰ ਇਹ ਪਤਾ ਨਾ ਤੂੰ ਇਹਦੀ ਭੈਣ ਐ ਤੈਨੂੰ ਨਹੀਂ ਕਦੀ ਇਹਨੇ ਭਾਬੀ ਕਹਿਤਾ ਤੈਨੂੰ ਨਹੀਂ ਕਦੀ ਬੰਬ ਕਹਿਤਾ ਤੈਨੂੰ ਅਸੀਂ ਕੀ ਕਹਣੇ ਆ ਤੈਨੂੰ ਬੁਲਾਉਂਦੇ ਨੇ ਚਲਾਉਂਦੇ ਨਹੀਂ ਮੈਨੂੰ ਲੱਗਦਾ ਤੂੰ ਤਾਂ ਛੱਡਦੇ ਆ ਵੀ ਹੁਣ ਬੁਲਾਉਣੋਂ ਹਟ ਗਏ ਜਦੋਂ ਮੈਂ ਤੇਰੇ ਕੋਲੋਂ ਲੰਘਦੀ ਆ ਨਾ ਤੂੰ ਐਦਾਂ ਹੀ ਬਕਵਾਸ ਮਾਰਦਾ ਹੈ ਅਸੀਂ ਤਾਂ ਯਾਰ ਗਾਵਾਂਗੇ ਅਸੀਂ ਕੀ ਕਹਣੇ ਆ ਤੈਨੂੰ ਇਸ ਤਾਂ ਸਾਡੀ ਕਲਾ ਹੈਗੀ ਅਸੀਂ ਤਾਂ ਵੀ ਗਾਇਆ ਹੋਇਆਗਾ ਤੇ ਫਿਰ ਬਾਹਰ ਜਾ ਕੇ ਗਾ ਇੱਥੇ ਨਾ ਬੈਠ ਕੇ ਗਾ ਸੁਣਾ ਸੁਣਾ ਤੂੰ ਤੇ ਮੈਂ ਜਦ ਗਿਆ ਵਿਆਹ ਹੈ ਦਿਨ ਕਿਵੇਂ ਗੁਜ਼ਾਰੇਂਗੀ ਆ ਵੀ ਗਾਇਆ ਹੋਇਆਗਾ ਕਰ ਲੈ ਕੀ ਕਰਦੀ ਆ ਪ੍ਰੀਤ ਇਹਨੂੰ ਸਮਝਾ ਲਾ ਅਸੀਂ ਤਾਂ ਗਾਵਾਂਗੇ ਯਾਰ ਬੰਬ ਆ ਗਿਆ ਅਸੀਂ ਬੁਲਾਉਣੇ ਆ ਇਹਨੂੰ ਇਹਨਾਂ ਵਿੱਚ ਫਸਦੀ ਫਿਰਦੀ ਆ ਤੂੰ ਮੇਰੇ ਤੋਂ ਹੋਰ ਨਾ ਕੁਝ ਸੁਣ ਲਈ ਤੇਰੇ ਗਿੱਟੇ ਛਾਂਗ ਦੂੰਗੀ ਮੈਂ ਬਾਂਦਰ ਦੀ ਬੂਥੀ ਵਾਲਾ ਕੋਈ ਨਾ ਪੱਪਿਆ ਹਾ ਕਿਹੜਾ ਓਏ ਹਾਂ ਭਾਈ ਮੇਰੀ ਗੱਲ ਸੁਣ ਥੋੜੀ ਗੱਲ ਆ ਹਾਂ
निगाहदास रखो भी कर रहा की नहीं एक एक चीज लिख लिया बस तेन लिख के लिया मेन लिख के लिया बस ठीक है बस देखियो की करदा चल सारी जिंदगी सजन वे है तेरी घाट रड़कदी रहनी फुट जट दी फुट जट दी सराने रख सोया करेंगी नी दिन आ लैन दे फुट तूते दी सराने रख सोया करेंगी नी दिन आ लैन दे तैनू फर्स्ट रेट करा के यह मरवाना चाहते ने है तेनू फर्स्ट रेट करके मरवाना चाहते ने जाने फोटो जपदी सानू कच दे गलास बिच तू देखदी नी जद पहला पैग पाई दा की हो गया चाचा लिख लांगे लिख लांगे हाँ। अबे पानी चक इत्थों लिख लांगे लिख लांगे है बेबी रे हां तैनू कुछ याद है याद आ गया तेरे हैं देख ले जब अपन न्याने न्याने हुंदे थी हां आही रुत हुंदी थी हां जब अपनी लगी थी हां सुख नाल आपदे भी न्याने हो गए न्याने दा चर लो तेरी मेरे मैं तो उही सड़ा सड़ांगा है सड़े होण ना मैं की दी है तो मेरी ये आ ते फिर कालू है कालू की दा चल ला कालू भी तेरा है ओ गल आ चरनो है अपा दा देख ला बथेरा जोर लाया और मेरा साला लांगड़ा जा बचूंगा भी पाया थी बच्चा तब पैन निकल गई है पर मैं त्या नहीं कराया चरनो तेरे बिना देख ला छड़ा हो गया लोग छड़ा छड़ा कह लग गए पर लोगों को यह नहीं पता सी भी छड़े बंदे की रब नेड़े होके सुनता मैं कहता महा जे ब्याह कराऊ आ चरनो नाल कराऊ नहीं मैं कराऊंगा नहीं मारी ना चक के मेरे पिंड च देख ले फिर है जोड़ते टाके दबारो मेल है हाय अब मनाया सरजा जोड़दा नाल कठ टैट बटी हो हाय आ चकला दा सारे पिंड की गल आ चरनो कमजोरी जी होगी दा की करा वे तैनू नहीं पता घरे तो 24 घंटे क्लेश रहंदा है मेरी गल सुन है नहीं ना मेरी गल सुन तू सारे पिंड च रौला है चूड़ियां चढ़ा लूंगा कैसे हाथ सुन्ने करी फिरतियां है बे कोई उम्र रही है चूड़ियां चढ़ाउंदी ओ पैड़ा मेरी अखा नाल देख तू मैं तो उ 16 साल की दिखती है उ न्याणे न्याणे जे लगते चक पंड चरनो है मरा गया चाह चाह करके लांघे ओ मैं कहला मैं उधर भाग भाई दूजे खेत हाँ चुला उत्ते बाल लो सारा समान पिया उत्ते भेजते मता है चल चरनो नाल मैं चुकाओ हाँ चक चरनो मोच के जाई बागे चाह चाह करके हुण चाह लिया मैं घरी आ जांदा इत्थे बैठेगा संदरा चाहसा भैन का बौला लाने का पले ना पवे मेरे साला तड़की कलेस लग गए करना अच्छी बजा अगुआ ए मरे साल दे कदों कदे बैठे ने उरे हा ओए ओ तू ते ओ चाह पी लो वाजो तू ते हाँ। ओ बुलाई जांदे ने की कहंदे ने चाह पीन नु आ जा बप्पी ओए हां
ਭਾਣ ਤੂੰ ਮਾੜਾ ਮੋਟਾ ਚੋਲ ਬੋਲ ਜਾ ਕਰ ਲੈ ਜੀ ਕਿਤੇ ਦੇਖ ਸਾੜੀ ਲਿਆ ਬੋਲੇ ਨੇ ਹੈ ਮਦੀ ਮੈਂ ਗੌਰ ਏੜੀ ਕਰੀਏ ਨਾ ਕੀ ਪਤਾ ਭਾਂ ਦਾ ਸੰਦ ਨੇ ਤਾਂ ਮੇਰੇ ਸਾਹਮਣੇ ਓ ਅਦੂ ਦੇ ਆ ਜਾ ਚਾਹ ਪੀ ਲੈ ਚਾਹ ਪੀ ਲਾ ਲੈ ਹੈ ਬਾਬੜਾ ਆ ਜਾ ਨਾ ਫੜ ਆ ਲੈ ਆ ਦਾ ਸਵਾਦ ਚਾਹ ਨੇ ਹੱਥ ਫੜ ਲਿਆ ਵੀਰੇ ਦਾ ਆ ਮਾਰੂ ਕਿੱਥੇ ਫੜਿਆ ਘਾ ਆ ਕਰ ਇਹਨੂੰ ਪਾੜ ਮੇਰਾ ਸਾਲਿਆ ਹੋਈ ਨਾ ਕਿਤੇ ਬੋਲੀ ਮਿੱਦ ਦੀ ਦੇ ਬਰਚਾ ਪਾੜ ਦੇ ਬਈ ਆ ਪਾੜ ਦੇ ਬਰਚਾ ਆ ਅੱਖੀ ਦੇਖਿਆ ਸੀ ਨੇ ਵੀ ਰੇ ਅਸੀਂ ਬਈ ਚੋਹੜਾ ਅਸੀਂ ਬਈ ਕੁਛ ਨਹੀਂ ਆਏ ਉੱਤੋਂ ਲਿਖਿਆ ਸਾਰਾ ਕੁਝ ਸੱਚ ਲਿਖਿਆਗਾ ਅਸੀਂ ਐਡੇ ਹੋਣੀ ਹੈਗੇ ਹਨਾ ਅਸੀਂ ਤਾਂ ਸਾਰਾ ਦੱਸਾਂਗੇ ਭੈਣ ਨੂੰ ਸਾਡੀ ਡਿਊਟੀ ਆ ਮਸੜਾ ਚੰਗੀਆਂ ਲੱਗਦੇ ਨੇ ਇਹ ਗੱਲਾਂ ਕੁੜੀ ਨਾਲ ਕਰੋਗੇ ਮੈਂ ਬੜਿਆ ਚਾਹ ਚਾਹ ਅੱਧਾ ਚਮਚਾ ਵੀ ਨੀ ਲਾਇਆ ਅੱਧਾ ਕਿਲੋ ਲਿਖਤੀ ਆ ਮਾਸੜਾ ਕਬੂਤਰ ਜਾ ਫੜ ਲਿਆ ਇਹਦੀ ਖਾ ਗਿਆ ਆਪਣਾ ਸੱਪ ਕਬੂਤਰ ਹੈਗਾ ਸੀ ਹਾਂ ਵੀਰੇ ਖੰਭ ਖਿੰਡੇ ਹੋਏ ਸੀ ਗੁੱਲੀ ਵਾਲੇ ਗੇਜ ਤਾਂ ਨਹੀਂ ਬਾਗਿਆ ਸੀ ਕਿਤੇ ਹਾਂ ਲੈ ਜਾ ਇਹਨੂੰ ਕਰੇ ਵਗ ਜਾ ਸੌ ਬੰਦਾ ਦੇਖਦੇ ਮੈਨੂੰ ਪਤਾ ਨੀ ਲੱਗਿਆ ਕਦੋਂ ਆ ਕੇ ਬਹਿ ਗਏ ਜਵਾਕ ਮੇਰੇ ਕਿੱਥੋਂ ਹੋਜੂਗਾ ਸਾਡੇ ਤਾਂ ਹੁੰਦਾ ਨੀ ਜੱਸਾ ਫਰੀ ਜਾਂਦਾ ਮਸ਼ੀਨਾਂ ਦੇ ਵੀ ਇਹਨਾਂ ਦੇ ਵੀ ਨਾ ਕੁਛ ਉਹਦੇ ਮਸ਼ੀਨਾਂ ਹੀ ਪੱਲੇ ਰਹਿ ਜਾਣਗੀਆਂ ਕੁਛ ਨਹੀਂ ਰਹਿਣਾ ਪੱਲੇ ਤਾਂ ਹੀ ਤਾਂ ਇਹ ਜੰਬਲੀ ਜਾਂਦੀ ਆ ਘਰੇ ਬੈਠੀ ਵਿਹਲੀ ਹੈ ਜੰਬਲ ਨਹੀਂ ਹੈ ਹੁਣ ਜਦੋਂ ਕੀ ਮੇਰੇ ਮੂੰਹ ਚੋਂ ਕਹਾਉਣਾ ਤੂੰ ਹੁਣ ਉਹੀ ਆ ਆਪਾਂ ਸਮਝ ਗਿਆ ਕਿੱਥੇ ਬੋਲਦਾ ਤੂੰ ਮੈਂ ਸਮਝ ਗਿਆ ਨਾਲੇ ਕੋਈ ਚੋਲ ਮੋਲ ਗੱਲਬਾਤ ਕਰਨੀ ਹੈ ਕੰਜਰ ਦੇ ਪਾਸੇ ਹਸੀ ਹੋ ਕੇ ਕਰ ਲਿਆ ਕਰੋ ਸਾਹਮਣੇ ਨਾ ਕਰੇ ਕੋਈ ਸੜਕ ਵਗਦੀ ਆ ਭੈਣ ਜਦੋਂ ਠੀਕ ਹਾਂ ਬਸਾਖੀ ਦੇ ਮੇਲੇ 'ਤੇ ਜਾਵਾਂਗੇ
ਮਾੜਾ ਜਿਹਾ ਵਾ ਜਾਇਆ ਵਾ ਪੰਡ ਜੀ ਖਲਾਇਆ ਵਾ ਉਹਨੂੰ ਪੈ ਨੀ ਪਤਾ ਗੱਠੇ ਨਾ ਖੁਲੇ ਬੋਲੀ ਤੋਂ ਦਿਹਾੜੀਆਂ ਨੂੰ ਭੇਜ ਦਾ ਮਰੇ ਹੈ ਭਾਂਡੇ ਚੱਕਾ ਭਾਈ ਰਹਿਣ ਦੇ ਭਾਈ ਰਹਿਣ ਦੇ ਡਾਂਗ ਥੋਡੀ ਵੀ ਇਹਦੀ ਭੈਣ ਨੂੰ ਇਹਦੇ ਨੂੰ ਮਹਿੰਦਰ ਆ ਇਹ ਨੀ ਸਾਹ ਲੈਣ ਦਿੰਦਾ ਸਾਨੂੰ ਤੈਨੂੰ ਦੱਸਾਂ ਮੈਂ